ਕਿ ਪ੍ਰਧਾਨ ਜੀ ਤੁਹਾਨੂੰ ਬਹੁਤ ਪਿਆਰਾ, ਚਾਹੇ ਬੱਚੇ ਲਾ ਲਓ, ਚਾਹੇ ਜਵਾਨ ਲਾ ਲਓ, ਚਾਹੇ ਬਜ਼ੁਰਗ ਲਾ ਲਓ, ਸਾਰੇ ਹੀ ਤੁਹਾਡੇ ਹਲਕੇ ਦੇ ਵਿੱਚ ਨਾਲ ਨੇ। ਸੋ ਇਹ ਜਿਹੜੀਆਂ ਗੱਲਾਂ ਭਗਤ ਬਰਾਦਰੀ ਨੂੰ ਹਰ ਪਾਰਟੀ ਨੇ ਇਗਨੋਰ ਕੀਤਾ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਬੀਜੇਪੀ ਹੋਵੇ, ਸਾਡੀ ਜੋ ਸੰਖਿਆ ਹੈ ਸੁਜਾਨਪੁਰ ਕੰਸਟੀਚੁਐਂਸੀ ਦੇ ਵਿੱਚ ਅਪਰੋਕਸੀਮੇਟਲੀ 35 ਤੋਂ 40 ਹਜ਼ਾਰ ਵੋਟ ਹੈ। ਸਾਡੀ ਕਮਿਊਨਿਟੀ ਨੂੰ ਬੇਵਕੂਫ ਬਣਾਇਆ ਜਾਂਦਾ। ਅਸੀਂ ਇਸ ਵਾਰੀ ਪ੍ਰਣ ਕਰ ਲਿਆ ਕਿ ਸਾਡੇ ਬਿੱਟੂ ਪ੍ਰਧਾਨ ਜੀ ਜੋ ਸੁਜਾਨਪੁਰ ਦੇ ਸਕੱਤਰੀ ਆ, ਆਪਣੇ ਪ੍ਰਧਾਨ ਨੇ, ਔਰ ਇਹ ਹਰ ਕੰਮ 'ਚ, ਹਰ ਸਮਾਜ ਦੇ ਕੰਮ 'ਚ ਕੰਮ ਆਉਂਦੇ ਨੇ, ਹਰ ਸੱਜਣ ਨਾਲ ਕੰਧੇ ਨਾਲ ਕੰਧਾ ਲਾ ਕੇ ਜੁੜਦੇ ਨੇ ਔਰ ਤੁਰਦੇ ਨੇ ਔਰ ਉਹਨਾਂ ਦੇ ਕੰਮ ਕਰਦੇ ਆ। ਔਰ ਅਸੀਂ, ਮੈਂ ਪੂਰੇ ਆਪਣੇ ਸਮਾਜ ਅੱਗੇ ਔਰ ਦੂਸਰੇ ਸਮਾਜ ਅੱਗੇ ਵੀ ਬੇਨਤੀ ਕਰਾਂਗਾ ਕਿ ਇਕੱਠੇ ਹੋ ਜਾਓ, ਬਿੱਟੂ ਪ੍ਰਧਾਨ ਜੀ ਨੂੰ ਇੱਕ ਵਾਰੀ MLA ਬਣਾ ਦਿਓ ਤਾਂ ਕਿ ਸੁਜਾਨਪੁਰ ਹੋ ਸਕੇ। ਬਿੱਟੂ ਪ੍ਰਧਾਨ, ਦੁਨੀਆ ਦੀ ਪਾਰਟੀ ਨਾ, ਬਿੱਟੂ ਪ੍ਰਧਾਨ ਇੱਕ ਹੀ ਪਰਿਵਾਰ ਦੇ ਵਿੱਚੋਂ। ਅਸੀਂ ਜੁਗਿਆਲ ਦੇ ਵਿੱਚ ਇੱਕ ਐਂਟੀ ਡਰਗਸ ਨਸ਼ਾ ਵਿਰੋਧੀ ਸੰਮੇਲਨ ਕੀਤਾ ਸੀ, ਉੱਥੇ ਇਹਨਾਂ ਰਾਜਨੇਤਾਵਾਂ ਦੀ ਕ੍ਰਿਤ ਪ੍ਰਤੀਕਿਰਿਆ ਰਹੀ ਕਿ ਇਹ ਪ੍ਰੋਗਰਾਮ ਸਫਲ ਨਹੀਂ ਹੁੰਦਾ, ਨਾ ਇਹ ਪ੍ਰੋਗਰਾਮ ਸਫਲ ਹੋ ਗਿਆ ਤੇ ਮੈਂ ਮਿੱਟੀ ਹੋ ਗਿਆ। ਮਤਲਬ ਕਿ ਨਸ਼ਾ ਮਿੱਟੀ ਹੋ ਗਿਆ ਤੇ ਮੈਂ ਮਿੱਟੀ ਹੋ ਗਿਆ। ਔਰ ਨਹੀਂ ਸਹੇਂਗੇ ਅਤਿਆਚਾਰ, ਨਹੀਂ ਸਹੇਂਗੇ ਅਤਿਆਚਾਰ, ਨਹੀਂ ਚਲੇਗਾ ਭ੍ਰਿਸ਼ਟਾਚਾਰ। ਰਾਜਕੁਮਾਰ ਗੁਪਤਾ ਜੀ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਰਾਜਕੁਮਾਰ ਗੁਪਤਾ ਜੀ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਭਾਰਤ ਮਾਤਾ ਕੀ ਜੈ, ਬੰਦੇ ਮਾਤਰਮ, ਬੰਦੇ ਮਾਤਰਮ, ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ, ਵੰਦੇ ਮਾਤਰਮ। ਬਿੱਟੂ ਪ੍ਰਧਾਨ ਜਿੰਦਾਬਾਦ, ਬਿੱਟੂ ਪ੍ਰਧਾਨ ਜਿੰਦਾਬਾਦ। ਪਹਿਲਾ ਵਿਕਾਸ ਹੋਇਆ ਜੀ ਨਸ਼ੇ ਦਾ, ਸ਼ਰਾਬ ਦੀ ਬੋਤਲ ਹਰ ਗਲੀ 'ਚ ਲੈ ਲਓ, ਠੇਕੇ ਤੋਂ ਅੱਧੇ ਰੇਟ 'ਤੇ ਲੈ ਲਓ, ਮਿਲਦੀ ਹੈ ਨਹੀਂ, ਠੀਕ ਹੈ ਜੀ। ਦੂਜਾ ਨੰਬਰ ਵਿਕਾਸ, ਇਹ ਸਾਡੀਆਂ ਖੱਡਾਂ ਜਿਹੜੀਆਂ ਸੀ ਉਹ ਹੋਰ ਡੂੰਘੀਆਂ ਕਰਤੀਆਂ ਨੇ। 30 ਕਰੋੜ ਰੁਪਇਆ ਮਹੀਨੇ ਦਾ ਜਾ ਰਿਹਾ, ਨਾਲ ਆਲਵਾ ਕਿੱਥੇ ਜਾ ਰਿਹਾ, ਮਜੀਠੇ, ਪਤਾ ਨਹੀਂ ਸਾਰਿਆਂ ਨੂੰ, ਇਹਨਾਂ ਦੇ ਪੱਲੇ ਕੁਛ ਨਹੀਂ ਰਿਹਾ। ਉਹ ਮਜੀਠੇ ਵਿੱਚ ਜੰਡੇ ਹੋਏ ਇੱਥੇ ਰੱਖ ਲਓ, ਸੁਜਾਨਪੁਰ ਦਾ ਵਿਕਾਸ ਕਰਾ ਲਓ। ਵਿਧਾਨ ਸਭਾ 'ਚ ਕੋਈ ਇੱਕ ਮੁੱਦਾ ਦੱਸ ਦੇ ਜਿਹੜਾ ਸਾਡੇ ਵਿਧਾਇਕ ਨੇ ਚੁੱਕਿਆ ਹੈ। ਗਲੀਆਂ ਦੀ, ਸੜਕਾਂ ਦੀ ਹਾਲਤ ਇੰਨੀ ਖਸਤਾ ਹੋਈ ਹੈ ਕਿ ਗੱਡੀ ਦੇ ਚੱਲਣ ਦੇ ਬੜੀ ਦੂਰ ਦੀ ਗੱਲ ਹੈ, ਪੈਦਲ ਹੀ ਬੰਦੇ ਨੂੰ ਜਾਇਆ ਜਾਂਦਾ। ਉਹ ਸੜਕਾਂ 'ਚ ਬਣਾਈਆਂ ਨੇ ਸਟ੍ਰੀਟ ਲਾਈਟਾਂ ਲਾ ਦਿੱਤੀਆਂ ਨੇ, ਹੁਣ ਉਹ ਦੀਵੇ ਪਤਾ ਨਹੀਂ ਜਗਦੀਆਂ, ਰਾਤੀ ਪੁੱਜ ਜਾਂਦੀਆਂ ਨੇ, ਆ ਕੈਮਰੇ ਦੀ ਫਲੈਸ਼ ਵਾਂਗੂ ਚੱਲਦੀਆਂ ਨੇ ਇਦਾਂ ਹੀ ਨੇ। ਬਿੱਟੂ ਪ੍ਰਧਾਨ, ਬਿੱਟੂ ਪ੍ਰਧਾਨ, ਬਿੱਟੂ ਪ੍ਰਧਾਨ। ਕਹਿੰਦਾ ਜਿਹੜੇ ਧਰਤੀ ਤੇ ਕੋਈ ਤਪਸਵੀ ਤਪ ਕਰਦਾ ਨਾ, ਤੇ ਸਭ ਤੋਂ ਪਹਿਲਾਂ ਇੰਦਰ ਦਾ ਸਿੰਘਾਸਨ ਡੋਲਦਾ, ਉਹਨੂੰ ਲੱਗਦਾ ਕਿ ਮੇਰੀ ਕੁਰਸੀ ਗਈ। ਕਿਉਂ ਕੀ ਕਰਦਾ, ਇੰਦਰ ਦੇਵ ਨੂੰ ਕਹੇਗਾ
ਤੂਫਾਨ ਦੇ ਉਹਨੇ ਕਹਿੰਦਾ ਹਨੇਰੀ ਲਿਆਓ, ਅਗਲੇ ਅੱਗ ਬਾ ਦਿਓ, ਤੂਫਾਨ ਲਿਆਓ, ਬਾਰਿਸ਼ ਭਰਾ ਦਿਓ। ਜੇ ਕੋਈ ਦਾਣਾ ਚੱਲੇ ਤੇ ਮੇਨਕਾ ਨੂੰ ਭੇਜ ਦਿੰਦਾ, ਜਦ ਤੂੰ ਜਾ ਇਹਦੀ ਤਪੱਸਿਆ ਪੰਨ ਕਰ ਦੇ। ਐਸਾ ਹੀ ਵਾਤਾਵਰਨ ਸੁਜਾਨਪੁਰ ਚ ਬਣ ਗਿਆ ਕਿ ਕੋਈ ਬੰਦਾ ਜਨਤਾ ਦੀ ਸੇਵਾ ਕਰਦਾ, ਜਨਤਾ ਦੇ ਕੰਮ ਕਰਦਾ ਤੇ ਵਿਧਾਇਕ ਦੀ ਨੂੰ ਪਰੇਸ਼ਾਨੀ ਹੋ ਜਾਂਦੀ ਹੈ ਔਰ ਉਹ ਪੂਰੀ ਤਾਕਤ ਲਗਾ ਦਿੰਦੀ ਹੈ ਉਸ ਬੰਦੇ ਨੂੰ ਟਿਕਾਉਣ ਵਾਸਤੇ। ਉਹ ਵਿਅਕਤੀ ਉੱਠਣਾ ਨਹੀਂ ਚਾਹੀਦਾ, ਐਸੀ ਗੰਦੀ ਰਾਜਨੀਤੀ, ਉਸ ਰਾਜਨੀਤੀ ਦਾ ਵਿਰੋਧ ਹੋਏਗਾ ਔਰ ਸਾਰਾ ਸਮਾਜ ਇਕਜੁੱਟ ਹੋਏਗਾ। ਹੁਣ ਸਮੇਂ ਆ ਗਿਆ ਜਿਹਨਾਂ ਜਿਹਨਾਂ ਬੰਦਿਆਂ ਨੇ ਸਿੰਘਾਸਣ ਦੀ ਕਦਰ ਨਹੀਂ ਕੀਤੀ, ਤੁਹਾਡੀ ਵੋਟ ਦੀ ਕਦਰ ਨਹੀਂ ਕੀਤੀ, ਉਹਨਾਂ ਨੂੰ ਦੰਡ ਦੇਣ ਦਾ ਸਮੇਂ ਆ ਗਿਆ ਔਰ ਉਹਨਾਂ ਨੂੰ ਦੰਡ ਹੀ ਪੋਲਿੰਗ ਬੂਥ ਤੇ ਜਾ ਕੇ ਦੇਣਾ, ਜੋ ਡਿਸਰਵ ਕਰਦੇ ਆ ਉਹ ਦੰਡ ਦੇਣਾ। ਅਸੀਂ ਇੱਕ ਜੰਗ ਸ਼ੁਰੂ ਕਰਨ ਜਾ ਰਹੇ ਹਾਂ ਔਰ ਇਹ ਸਾਡੀ ਇਹ ਜੰਗ ਜਿਹੜੀ ਆ ਇਹ ਜੰਗ ਆ ਜ਼ੁਲਮ ਦੇ ਖਿਲਾਫ ਜੰਗ, ਆਪਣਿਆਂ ਤੇ ਹੋਏ ਅਤਿਆਚਾਰ ਦੇ ਖਿਲਾਫ ਜੰਗ, ਦਰਿਆਵਾਂ ਦੀ ਲੁੱਟ ਦੇ ਖਿਲਾਫ ਜੰਗ, ਜੰਗਲਾਂ ਦੀ ਲੁੱਟ ਦੇ ਖਿਲਾਫ ਜੰਗ, ਧਾਰਮਿਕ ਸਥਾਨਾਂ ਦੇ ਸ਼ੋਸ਼ਣ ਦੇ ਖਿਲਾਫ ਜੰਗ। ਉਹ ਜਿਹੜਾ ਬੰਦਾ ਮੁਕਤੇਸ਼ਵਰ ਦੇ ਸਥਾਨ ਮੁਕਤੇਸ਼ਵਰ ਮਹਾਦੇਵ ਧਾਮ ਵਰਗਾ ਸਥਾਨ ਜਿਹੜਾ ਇਤਿਹਾਸ ਹੈ ਸਾਡੇ ਇਲਾਕੇ ਦਾ ਉਹਨੂੰ ਬਚਾਉਣ ਵਾਸਤੇ ਕੱਖ ਨਹੀਂ ਕਰ ਸਕਦਾ, ਉਹ ਇਸ ਪਦ ਦਾ ਅਧਿਕਾਰੀ ਨਹੀਂ ਹੈਗਾ, ਉਹ ਕਿਸੇ ਵੀ ਸੂਰਤ ਇੱਧਰ ਨਹੀਂ ਕਰਦਾ ਕਿ ਉਹਨੂੰ ਦੁਬਾਰਾ ਮੌਕਾ ਦਿੱਤਾ ਜਾਏ। ਸੋ ਅਸੀਂ ਸਾਰੇ ਸੁਜਾਨਪੁਰ ਵਾਸੀ, ਧਾਰ ਦੇ ਵਾਸੀ, ਸਾਰੀਆਂ ਜਾਤੀਆਂ, ਜਾਤੀ ਦੀ ਰਾਜਨੀਤੀ ਹੋ ਰਹੀ ਹੈ, ਪਹਿਲੀ ਵਾਰੀ ਦੇਖਿਆ ਜਾ ਰਿਹਾ ਕਿ ਸੰਗਠਨ ਦੇ ਉੱਪਰ ਜਾਤੀ ਪ੍ਰਭਾਵੀ ਹੋ ਰਹੀ ਹੈ। ਬਾਰ ਬਾਰ ਕਿਹਾ ਜਾ ਰਿਹਾ ਰਾਜਪੂਤ ਕੈਂਡੀਡੇਟ, ਰਾਜਪੂਤ ਕੈਂਡੀਡੇਟ, ਉਹ ਕਦੇ ਰਾਜਪੂਤਾਂ ਨੂੰ ਪੁੱਛ ਕੇ ਦੇਖੋ ਉਹਦੇ ਦਿਲ ਤੇ ਕੀ ਬੀਤੀ ਆ। ਉਸ ਵਿਅਕਤੀ ਨੇ ਕੋਈ ਰਾਜਪੂਤ ਅੱਗੇ ਨਾ ਆਏ ਇਸ ਪਲਾਨਿੰਗ ਦੇ ਤਹਿਤ, ਇਹ ਪਹਿਲੀ ਵਾਰੀ ਹੋ ਰਿਹਾ ਇਤਿਹਾਸ ਚ ਪਹਿਲੀ ਵਾਰੀ ਹੋ ਰਿਹਾ ਕਿ ਕਿਸੇ ਵਿਧਾਨ ਸਭਾ ਹਲਕੇ ਦੀਆਂ ਚਾਰ ਜ਼ਿਲ੍ਹਾ ਪਰਿਸ਼ਦ ਸੀਟਾਂ ਔਰ ਚਾਰ ਹੀ ਰਿਜ਼ਰਵ ਕੋਈ ਵਿਧਾਨ ਸਭਾ ਹਲਕਾ ਜਿਹਦੇ ਚ ਦੋ ਬਲਾਕ ਸਮਿਤੀਆਂ ਔਰ ਦੋ ਬਲਾਕ ਸਮਿਤੀਆਂ ਦੇ ਚੇਅਰਮੈਨ ਉਹ ਦੋਵੇਂ ਹੀ ਰਿਜ਼ਰਵ। ਕਾਰਨ ਸਿਰਫ ਇੱਕ ਕਿ ਕਿਸੇ ਰਾਜਪੂਤ ਨੂੰ ਅੱਗੇ ਨਹੀਂ ਆਉਣ ਦੇਣਾ, ਐਸਾ ਨਾ ਕਦੇ ਸੁਜਾਨਪੁਰ ਤੋਂ ਪਹਿਲਾਂ ਹੋਇਆ ਔਰ ਨਾ ਕਦੇ ਅੱਗੇ ਹੋਏਗਾ। ਔਰ ਨਾਰਾ ਜਾ ਰਿਹਾ ਉਹ ਜਾਤੀ ਦਾ, ਅਸੀਂ ਵੀ ਰਾਜਪੂਤ ਹੈ, ਉਹ ਇੰਤਜ਼ਾਰ ਕਰ ਰਹੀ ਹੈ ਰਾਜਪੂਤ ਬਰਾਦਰੀ ਚਾਰ ਫਰਵਰੀ ਦਾ ਕਿ ਇਸ ਬੰਦੇ ਨੂੰ ਜਵਾਬ ਦੇਵਾਂਗੇ ਕਿ ਤੂੰ ਜੋ ਸਾਡਾ ਕੀਤਾ ਉਹਦਾ ਸੂਤ ਸਮੇਤ ਇਹ ਤੇਰਾ ਕਰਜਾ ਐਲਾਨ ਗਿਆ। ਮੇਰੀ ਸਾਰੇ ਅੱਗੇ ਬੇਨਤੀ ਆ ਕਿ ਥੋੜ੍ਹੀ ਜਿਹੀ ਸ਼ਰਾਬ ਵਾਸਤੇ, ਥੋੜ੍ਹੇ ਜਿਹੇ ਪੈਸਿਆਂ ਵਾਸਤੇ ਕਿਤੇ ਰਸਤਾ ਨਾ ਭੁੱਲ ਜਾਇਓ, ਦੁਬਾਰਾ 5 ਸਾਲ ਭੁਗਤਣੇ ਪੈਣਗੇ। ਉਹ ਬੇੜਾ ਗਰਕ ਹੋ ਗਿਆ ਇਲਾਕੇ ਦਾ, ਸਾਡੀ ਜੰਗ ਹੈ, ਸਾਡੇ ਯੁਵਾ ਸਾਥੀ ਉਹ ਜਿਹੜੇ ਚਿੱਟੇ ਦੇ ਲਾਤੇ ਆ, ਜਿਹੜੇ ਨਸ਼ਿਆਂ ਦੇ ਲਾਤੇ ਆ, ਉਹ ਚੁੱਪ ਹੀ ਨਹੀਂ ਕਰਦੇ, ਉਹ ਬੋਲਣਾ ਸ਼ੁਰੂ ਹੁੰਦੇ ਆ, ਉਹ ਚੁੱਪ ਨਹੀਂ ਕਰਦੇ, ਸਵੇਰੇ ਕੈਂਪ ਪਵਾ ਕੇ ਲਿਆਉਂਦੇ। ਮੇਰੀ ਸਾਰਿਆਂ ਅੱਗੇ ਬੇਨਤੀ ਹੈ ਆਪਣੀ ਪੀੜ੍ਹੀ ਨੂੰ ਬਚਾ ਲਓ, ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਲਓ, ਆਪਣੇ ਇਲਾਕੇ ਨੂੰ ਬਚਾ ਲਓ, ਸੁਜਾਨਪੁਰ ਨੂੰ ਬਚਾ ਲਓ। ਸੁਜਾਨਪੁਰ ਦੇ ਵਿਧਾਇਕ 10 ਸਾਲ ਤੋਂ ਲਗਾਤਾਰ ਵਿਧਾਇਕ, ਉਹਨਾਂ ਦੀਆਂ ਜਿੰਨੀਆਂ ਖੂਬੀਆਂ ਨੇ ਮੇਰੇ ਖਿਆਲ ਜਿੰਨੇ ਲੋਕ ਇੱਥੇ ਬੈਠੇ ਨੇ ਸਾਰੇ ਜਾਣਦੇ। ਸੁਜਾਨਪੁਰ ਨੂੰ ਪਿਛਲੇ 10 ਸਾਲਾਂ 'ਚ ਦੋਨਾਂ ਹੱਥਾਂ ਨਾਲ ਵੇਚਿਆ ਗਿਆ। ਸੁਜਾਨਪੁਰ ਦਾ ਟੈਲੈਂਟ, ਸੁਜਾਨਪੁਰ ਦਾ ਨੌਜਵਾਨ, ਉਹਨਾਂ ਦੀ ਯੁਵਾ ਸ਼ਕਤੀ, ਉਹਨੂੰ ਨਸ਼ਿਆਂ 'ਚ ਵੇਚਿਆ ਗਿਆ। ਸੁਜਾਨਪੁਰ ਦਾ ਖਣਿਜ ਪਦਾਰਥ, ਖੁਨਾਰ, ਇੱਥੋਂ ਦੀ ਧਨ ਦੌਲਤ ਰਾਵੀ ਦਰਿਆ 'ਚੋਂ, ਚੱਕੀ ਦਰਿਆ 'ਚੋਂ ਪੁੱਟ ਪੁੱਟ ਕੇ ਦੋਨਾਂ ਹੱਥਾਂ ਨਾਲ ਬਾਹਰ ਭੇਜੀ ਗਈ ਹੈ। ਐਮ ਐਲ ਏ ਨੂੰ 25 ਲੱਖ ਰੁਪਇਆ ਮਹੀਨਾ ਮਿਲਿਆ,
ਪਿਛਲੇ 7 ਸਾਲਾਂ ਤੋਂ ਸੁਜਾਨਪੁਰ ਕੰਸਟੀਚੁਐਂਸੀ ਦੇ ਵਿੱਚ ਵਿਆਪਤ ਜਿਹੜਾ ਮਾਈਨਿੰਗ ਮਾਫੀਆ ਹੈ, 1 ਕਰੋੜ ਰੁਪਈਆ ਰੋਜ਼ ਦਾ, ਤੁਸੀਂ ਨੋਟ ਕਰੋ, 1 ਕਰੋੜ ਰੁਪਈਆ ਰੋਜ਼ ਦਾ ਇੱਥੋਂ ਜਬਰਨ ਵਸੂਲਿਆ ਜਾ ਰਿਹਾ ਨਾਕੇ ਲਾ ਕੇ। ਬਾਹਰੀ ਲੋਕ, ਅਣਪਛਾਤੇ ਲੋਕ ਨਾਕੇ ਲਾ ਕੇ ਹਰ ਟਰੱਕ ਕੋਲੋਂ 5,000 ਰੁਪਈਆ ਲੈਂਦੇ ਨੇ। 1 ਕਰੋੜ ਰੁਪਏ ਦੀ ਰਕਮ ਬਣਦੀ ਹੈ ਰੋਜ਼ ਦੀ, ਰੋਜ਼ ਲੈ ਕੇ ਜਾ। ਤੁਸੀਂ ਉਹਦੀ ਕੰਪਲੇਂਟ ਕਰੋ DC ਕੋਲ, ਉਹਦੀ ਕੰਪਲੇਂਟ ਕਰੋ SSP ਕੋਲ, ਜਿੱਥੇ ਵੀ ਕਰੋ। ਉਹ ਕਹਿੰਦੇ ਜੀ ਐਸਾ ਤਾਂ ਕੁਛ ਹੋ ਨਹੀਂ ਰਿਹਾ। ਸਾਰੇ ਬੋਲੋ, ਉਹਨਾਂ ਨੂੰ ਇਹ ਚੀਜ਼ ਲੱਭਦੀ ਨਹੀਂ, ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੱਥ ਬੰਨੇ ਹੋਏ ਨੇ। ਉਹਨਾਂ ਦੇ ਰਾਜ ਕਰਨ ਵਾਲੇ ਲੋਕ ਜਿਹੜੇ, ਉਹਨਾਂ ਕੋਲ 25 ਲੱਖ ਰੁਪਈਆ ਮਹੀਨਾ ਜਾ ਰਿਹਾ। 25 ਲੱਖ ਇਸ ਲਈ ਜਾ ਰਿਹਾ ਕਿ ਇਹ ਤੁਹਾਡੀ ਫੀਸ ਤੁਹਾਨੂੰ ਮਿਲ ਗਈ ਹੈ, ਤੁਸੀਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਹੋ, ਤੁਹਾਡੀ ਆਵਾਜ਼ ਜਿਹੜੀ ਹੈ ਉੱਪਰ ਸੁਣਾਉਣੀ ਹੈ। ਜਨਤਾ ਦੇ ਬੇਵਕੂਫ ਹੈ ਵੋਟਾਂ ਪਾ ਕੇ ਚੁੱਪ। ਤੁਸੀਂ, ਤੁਹਾਡੀ ਫੀਸ ਤੁਹਾਨੂੰ ਮਿਲ ਗਈ ਹੈ, ਤੁਸੀਂ ਹੁਣ ਨਹੀਂ ਬੋਲਣਾ, ਤੁਸੀਂ ਜਿੱਦਾਂ ਮਰਜ਼ੀ ਦੁਨੀਆਂ ਨੂੰ ਲੁੱਟੋ, ਤੁਹਾਡੇ MLA ਨਹੀਂ ਬੋਲਣਗੇ। ਐਸੇ MLA ਨੂੰ ਸਾਡੀਆਂ ਪਾਰਟੀਆਂ ਵਾਰ ਵਾਰ ਟਿਕਟ ਦੇ ਰਹੀਆਂ ਨੇ, ਵਾਰ ਵਾਰ ਪਰਮਿਟ ਦੇ ਰਹੀਆਂ ਨੇ ਕਿ ਤੁਸੀਂ ਵਾਰ ਵਾਰ ਲੁੱਟੋ ਜੀ। ਅਸੀਂ ਡਿਸਾਈਡ ਕਰਨਾ, ਅਸੀਂ ਇਹ ਸੋਚਣਾ ਪਏਗਾ, ਸਾਨੂੰ ਆਉਣ ਵਾਲੀ ਪੀੜ੍ਹੀਆਂ ਦਾ ਹਿੱਤ ਦੇਖਦੇ ਹੋਏ ਸੋਚਣਾ ਪਏਗਾ, ਕਿਆ ਅਸੀਂ ਵੀ ਵਾਰ ਵਾਰ ਇਹਨਾਂ ਲੋਕਾਂ ਦੇ ਅੱਗੇ ਸਮਰਪਿਤ ਕਰਾਂਗੇ, ਆਪਣਾ ਸਮਰਪਣ ਦੇਵਾਂਗੇ, ਕਿਆ ਅਸੀਂ ਇਹ ਲੁੱਟ ਖਸੁੱਟ ਜਾਰੀ ਰੱਖਾਂਗੇ। ਸਾਨੂੰ ਫੈਸਲਾ ਕਰਨਾ ਪਏਗਾ। ਅਸੀਂ ਵਾਰ ਵਾਰ ਆਪਣੀ ਆਉਣ ਵਾਲੀ ਪੀੜ੍ਹੀਆਂ ਦੇ ਜਿਹੜੇ ਹਿੱਤ ਨੇ ਉਹਨਾਂ ਅੱਗੇ ਨਹੀਂ ਵੇਚਣੇ। ਇਸ ਲਈ ਅੱਜ ਸਾਨੂੰ ਫੈਸਲਾ ਕਰਨਾ ਪਏਗਾ। ਅੱਜ ਜੋ ਸੁਜਾਨਪੁਰ ਦਾ ਮੈਂ ਭਵਿੱਖ ਦੇਖ ਰਿਹਾ, ਉਹ ਮੈਨੂੰ ਸਾਫ਼ ਲੱਗ ਰਿਹਾ ਕਿ ਸਾਡੇ ਪਠਾਨਕੋਟ ਜ਼ਿਲ੍ਹੇ 'ਚ ਪਾਰਟੀਆਂ ਤੋਂ ਬਾਹਰ ਹੱਟ ਕੇ, ਪਾਰਟੀਆਂ ਦਾ ਵਿਰੋਧ ਕਰਕੇ ਜਨਤਾ ਆਪਣਾ ਨਵਾਂ MLA ਚੁਣ ਜਾ ਰਹੀ ਹੈ। ਔਰ ਇਹ ਸਮਝਦਾਰੀ ਭਰਿਆ ਇੱਕ ਸਟੈਪ ਹੋਏਗਾ ਔਰ ਇਹਦੀ ਸ਼ੁਰੂਆਤ ਹੋਏਗੀ। ਔਰ ਮੈਂ ਸਮਰਥਨ ਕਰਾਂਗਾ ਆਪਣੀ ਨੌਜਵਾਨ ਪੀੜ੍ਹੀ ਦਾ ਕਿ ਉਹ ਵੱਧ ਚੜ੍ਹ ਕੇ ਇਹ ਚੁਣਾਵ ਦੇ ਵਿੱਚ ਬਿਨਾਂ ਕਿਸੇ ਪ੍ਰਲੋਭਨ ਦੇ, ਬਿਨਾਂ ਕਿਸੇ ਦਹਿਸ਼ਤ ਦੇ ਇਹ ਚੁਣਾਵ ਲੜਨ ਔਰ ਆਪਣਾ ਸੁਜਾਨਪੁਰ ਦਾ ਜਿਹੜਾ ਸੁਨਹਿਰੀ ਭਵਿੱਖ ਹੈ ਉਹਨੂੰ ਲੀਕਣ 'ਚ ਸਾਡੀ ਮਦਦ ਕਰਨ। ਬਹੁਤ ਹੀ ਆਦਰਣੀਏ ਮੇਰੀ ਮਾਤਰ ਸ਼ਕਤੀ, ਨੌਜਵਾਨ ਸਾਥੀਓ ਔਰ ਸੁਜਾਨਪੁਰ ਵਿਧਾਨ ਸਭਾ ਖੇਤਰ ਦੇ ਸਾਰੇ ਪਤਵੰਤੇ ਸੱਜਣੋ, ਸਟੇਜ 'ਤੇ ਬੈਠੀ ਹੋਈ ਸਮੁੱਚੀ ਲੀਡਰਸ਼ਿਪ, ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇੱਥੇ ਡਿਫਰੈਂਟ ਕੈਟਾਗਰੀਜ਼ ਤੋਂ, ਡਿਫਰੈਂਟ ਪਾਰਟੀਜ਼ ਤੋਂ ਬਿਲੋਂਗ ਕਰਦੇ ਹੋਏ ਵੀ ਉਹਦੇ ਬਾਵਜੂਦ ਇੱਥੇ ਇਕੱਠੇ ਹੋਏ ਹੋ। ਇਸ ਸਟੇਜ 'ਤੇ ਇਕੱਠੇ ਹੋਣ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਨਾਲ ਉਹਨਾਂ ਵੱਡਿਆਂ ਲੀਡਰਾਂ ਨੇ ਨਜਾਇਜ਼ ਕੀਤੀ ਹੈ, ਜਿਹੜੇ ਲੋਕਾਂ ਦੀ ਸੇਵਾ ਕਰਦੇ ਆ, ਲੋਕਾਂ ਦੇ ਵਿੱਚ ਰਹਿੰਦੇ ਆ, ਜਿੱਦਾਂ ਬਿੱਟੂ ਪ੍ਰਧਾਨ ਜੀ, ਇਹਨਾਂ ਨਾਲ ਪਿੱਛੇ ਤੱਕਾ ਹੋਇਆ
ਇਹਨਾਂ ਨੇ ਸੁਜਾਨਪੁਰ ਨਗਰ ਪਾਲਿਕਾ ਨੂੰ ਰਿਪ੍ਰਜੈਂਟ ਕਰਨਾ ਸੀ ਪਰ ਆਪਣੀ ਤਾਕਤ ਨੂੰ ਵਰਤਦਿਆਂ ਹੋਇਆ ਮੌਜੂਦਾ ਹੁਕਮਰਾਨ ਨੇ ਇਹਨਾਂ ਨੂੰ ਸਾਈਡਲਾਈਨ ਕੀਤਾ। ਮੈਂ ਸੁਜਾਨਪੁਰ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਹਾਂ, ਤੁਹਾਡੇ ਨਾਲ ਮੇਰਾ ਪਿਆਰ ਹੈ, ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ, ਹੁਣ ਮੇਰੇ ਨਾਲ ਧੱਕਾ ਹੋ ਗਿਆ। ਅਸੀਂ ਉਹਨਾਂ ਸ਼ਕਤੀਆਂ ਨੂੰ ਦੱਸਣਾ ਕਿ ਪਾਰਟੀਆਂ ਕਰਕੇ ਵੋਟਾਂ ਨਹੀਂ ਮਿਲਦੀਆਂ, ਇਹ ਉਹਨਾਂ ਲੋਕਾਂ ਨੂੰ ਮਿਲਦੀਆਂ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਰਹਿੰਦੇ ਨੇ। ਤੁਸੀਂ ਤਾਂ ਸਾਰੇ ਇੱਥੇ ਲੋਕਲ ਹੋ, ਸਾਡੇ ਬਾਰੇ ਸਾਡੇ ਅੱਗੇ ਪਿੱਛੇ ਬਾਰੇ ਪੂਰਾ ਕੁਝ ਜਾਣਦੇ ਹੋ। ਮੈਂ ਬਿੱਟੂ ਜੀ ਨੂੰ ਰਿਕੁਐਸਟ ਕੀਤੀ ਸੀ ਕਿ ਜਿੱਦਾਂ ਲੋਕ ਡਿਸਾਈਡ ਕਰਨਗੇ, ਸਾਥੀ ਡਿਸਾਈਡ ਕਰਨਗੇ, ਉੱਦਾਂ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਜੋ ਸਮੀਕਰਨ ਬਣੇ ਹੈ ਉਹ ਇਸ ਵਾਰੀ ਉਹ ਰਿਜ਼ਲਟ ਲੈ ਕੇ ਆਉਣਗੇ ਕਿ ਜਿਹੜੀ ਬੜੀ ਵਿਚਿੱਤਰ ਹੋਣਗੇ ਕਿ ਇਹਦੀ ਸਮਝ ਨਹੀਂ ਆਉਣਗੇ। ਮੇਰਾ ਇਸ 'ਤੇ ਧਿਆਨ ਦਾ ਇਹ ਮਤਲਬ ਸੀ ਕਿ ਮੈਂ ਉਹਨਾਂ ਸ਼ਕਤੀਆਂ ਨੂੰ ਤਾਕਤ ਦੇਣਾ ਚਾਹੁੰਦਾ ਸੀ ਜਿਹੜੇ ਲੋਕਾਂ ਦੀ ਸੇਵਾ ਕਰ ਰਹੇ ਆ ਔਰ ਕਰਨਾ ਚਾਹੁੰਦੇ ਆ। ਅਸੀਂ ਇੱਥੇ ਉਹ ਇਕੱਠੇ ਹੋਏ ਹਾਂ। ਮੈਨੂੰ ਬੜੇ ਲੋਕਾਂ ਨੇ ਡਰਾਇਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ਼ ਜਾ ਰਹੇ ਹੋ, ਤੁਸੀਂ ਫਲਾਣੇ ਦੇ ਖਿਲਾਫ਼ ਜਾ ਰਹੇ ਹੋ, ਕੱਲ੍ਹ ਨੂੰ ਸਰਕਾਰ ਬਣੇਗੀ ਤੈਨੂੰ ਮੰਡੀ ਬੋਰਡ ਦੀ ਚੇਅਰਮੈਨ ਨਹੀਂ ਮਿਲਣੀ ਹੈ। ਉਹ ਮੈਂ ਕਿਹਾ ਚੇਅਰਮੈਨ ਨਹੀਂ ਲੈਣੀ ਹੁੰਦੀ ਤਾਂ ਮੈਂ 2007 ਤੱਕ ਲੈ ਲੈਂਦਾ, ਮੈਨੂੰ ਕਿਸੇ ਪੋਸਟ ਦਾ ਦੌਰ ਨਹੀਂ। ਇਹਦੇ ਜ਼ਿੰਦਗੀ ਪਾਣੀ ਦਾ ਬੁਲਬੁਲ ਹੈ, ਪਤਾ ਨਹੀਂ ਕਦੋਂ ਫਟ ਜਾਣਾ। ਮੈਨੂੰ ਸਿਰਫ ਇਹ ਹੈ ਕਿ ਜਦੋਂ ਇੱਥੋਂ ਇਸ ਸੰਸਾਰ ਤੋਂ ਵਿਦਾ ਹੋਈਏ ਤੁਹਾਡੇ ਦਿਲਾਂ ਦੇ ਵਿੱਚ ਰਹੀਏ। ਵਿੱਚੋਂ ਇੱਕ ਰਾਜਕੁਮਾਰ ਬਿੱਟੂ ਜੀ ਔਰ ਦੂਜੇ ਨਰੇਸ਼ ਕੁਮਾਰ ਜੀ, ਨਰੇਸ਼ ਕੁਮਾਰ ਪੁਰੀ, ਇਹ ਦੋਨੋਂ ਬੰਦੇ ਹੀ ਇੱਕ ਇਹੋ ਜਿਹੇ ਇਨਸਾਨ ਹੈ ਕਿ ਜੇ ਮੇਰੇ ਵੀ ਕਹਿੰਦੇ ਸੱਦੋ, ਇਹਨਾਂ ਕਦੀ ਇਹ ਨਹੀਂ ਕਿਹਾ ਕਿ ਸਾਡੇ ਕੋਲ ਟਾਈਮ ਨਹੀਂ ਹੈ, ਜੇ ਹੈ ਉਹ ਹੈ, 24 ਘੰਟੇ ਚਾਰ। ਇਹ ਸਾਰੀਆਂ ਪਾਰਟੀਆਂ ਇਕੱਠੀਆਂ ਨੇ, ਸਾਰੇ ਲੋਕ ਇਕੱਠੇ ਸੀ, ਆਪ ਵਿਧਾਨ ਸਭਾ ਕਿਸੇ ਤੋਂ ਦੇ ਲੋਕ ਇਲੈਕਸ਼ਨ ਲੜਨਗੇ। ਇਹ ਦੋਨੇ ਭਰਾ ਆ, ਸਾਰੇ ਲੋਕ ਅਸੀਂ ਇਕੱਠੇ ਆ, ਸੁਜਾਨਪੁਰ ਦੀ ਜਨਤਾ ਨੇ ਚੁਣਾਵ ਲੜਨਾ, ਵਿਅਕਤੀ ਵਿਜੇ ਨੇ ਚੁਣਾਵ ਨਹੀਂ ਲੜਨਾ। ਇਸ ਕਰਕੇ ਇਹਦੇ ਬੱਚੇ ਕੋਈ ਕਮੈਂਟ ਨਹੀਂ, ਸਾਰੇ ਲੋਕ ਵਿਧਾਨ ਸਭਾ ਕਛੇਤਰ ਸੁਜਾਨਪੁਰ ਦਾ ਇੱਕ ਇੱਕ ਵੋਟਰ, ਇੱਕ ਇੱਕ ਵਿਅਕਤੀ, ਇੱਕ ਇੱਕ ਘਰ ਦਾ ਪਰਿਵਾਰ ਚੁਣਾਵ ਲੜੇਗਾ। ਇਤਿਹਾਸਿਕ ਚੁਣਾਵ ਹੋਏਗਾ ਜਿਹਦੇ ਵਿੱਚ ਨਾ ਪੈਸਾ ਨਾ ਸ਼ਰਾਬ, ਹਰ ਪਰਿਵਾਰ ਆਪਣੇ ਘਰ ਦੀ ਚੌਕੀਦਾਰੀ ਆਪ ਕਰੇਗਾ। ਇਸ ਕਰਕੇ ਅਸੀਂ ਸਾਰੇ ਇਕੱਠੇ ਹਾਂ। ਦੇਖੋ ਜੀ, ਸੁਜਾਨਪੁਰ ਦੀ ਜਨਤਾ ਨੇ ਐਕਚੁਅਲੀ 10 ਸਾਲ ਜਿਹੜੇ ਸਾਡੇ ਮੌਜੂਦਾ ਹੁਕਮਰਾਨ ਹੈ ਉਹਨਾਂ ਦੀ ਬੇਪਰਵਾਹੀ ਝੱਲੀ ਹੈ। ਜਿਸ ਲਈ ਉਹ ਕਿਤੇ ਜਾਂਦੇ ਸੀ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਸੀ, ਪੁੱਛਿਆ ਜਾਂਦਾ ਸੀ ਕਿ ਕਿੱਥੋਂ ਆਇਓ। ਐਸੀ ਕੋਸ਼ਿਸ਼ ਕੀਤੀ ਹੈ ਜਿਹੜਾ ਜਨਤਾ ਨੇ ਸਾਂਝਾ ਮੋਰਚਾ ਬਣਾਇਆ ਜਿਹਦੇ ਵਿੱਚ ਇਹ ਕੁਐਸਚਨ ਨਾ ਕੀਤਾ ਜਾਏ ਕਿ ਇਹ ਕਿੱਥੋਂ ਦੇ ਹੈ। ਅਗਰ ਕੋਈ ਟਾਈਮ ਆਉਂਦਾ ਐਸਾ ਕਿ ਲੋਕਾਂ ਨੂੰ ਸਿਰਫ ਉਹਨਾਂ ਦੇ ਕੰਮਾਂ ਦਾ ਜਵਾਬ ਦਿੱਤਾ ਜਾਏ, ਕੰਮ ਕੀਤੇ ਜਾਣ, ਇੱਥੇ ਇਹ ਕੋਈ ਡਿਸਾਈਡ ਨਹੀਂ ਹੋਇਆ ਕੋਈ ਇਲੈਕਸ਼ਨ ਲੜਨਾ ਜਾਂ ਕੀ ਕਰਨਾ। ਜੇ ਲੋਕ ਡਿਸਾਈਡ ਕਰਨਗੇ ਕਿ ਜਿਸ ਤਰ੍ਹਾਂ ਕੈਂਡੀਡੇਟ ਬਾਹਰੋਂ ਥੋਪੇ ਜਾਂਦੇ ਆ, ਉਹਦੇ ਤੋਂ ਬਚਣ ਵਾਸਤੇ ਇਹ ਲੋਕਾਂ ਨੇ ਇੱਕ ਸਾਂਝਾ ਮੋਰਚਾ ਤਿਆਰ ਕੀਤਾ ਕਿ ਉਹ ਲੀਡਰ ਆਉਣ ਜਿਹੜੇ ਲੋਕਾਂ ਦੀ ਸੇਵਾ ਕਰ ਸਕਦੇ ਆ ਔਰ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਹੋਣ। ਮੈਂ ਪਹਿਲੇ ਵੀ ਆਪਣੀ ਸਪੀਚ 'ਚ ਗੱਲ ਕੀਤੀ ਹੈ, ਇਹ ਪੂਰੀ ਵਿਧਾਨ ਸਭਾ ਦੇ ਲੋਕ ਹੈ, ਡਿਫਰੈਂਟ ਡਿਫਰੈਂਟ ਕਾਰਨਰਸ ਤੋਂ ਆਏ ਆ, ਥੋੜ੍ਹੇ ਥੋੜ੍ਹੇ ਕਰਕੇ ਉਹਨਾਂ ਨੇ ਮਤਲਬ ਆਪਣੇ ਰਿਪ੍ਰਜੈਂਟੇਟਿਵ ਭੇਜੇ ਆ, ਨਹੀਂ ਤਾਂ ਇੱਥੇ ਬਹੁਤ ਵੱਡਾ ਵਿਸ਼ਾਲ ਇਕੱਠ ਹੋ ਸਕਦਾ ਸੀ। ਮੈਂ ਇਹੋ ਕਹਾਂਗਾ ਕਿ ਇਹ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਆਈ ਹੈ, ਆਪਣੇ ਇਨਸਾਫ ਵਾਸਤੇ ਉਹ ਲੜਾਈ ਕਰ ਰਹੇ ਆ। ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਜੋ ਪੋਲੀਟੀਕਲ ਪਾਰਟੀਜ਼ ਕਾਰਜਕਰਤਾ ਦੀ ਅਣਦੇਖੀ ਕਰਕੇ ਜਨਤਾ ਦੀ ਭਾਵਨਾਵਾਂ ਦੀ ਅਣਦੇਖੀ ਕਰਦੀ ਹੈ, ਉਹਨਾਂ ਅਣਦੇਖੀਆਂ ਦੇ ਵਿਰੋਧ ਵਿੱਚ ਸੁਜਾਨਪੁਰ ਵਿਧਾਨ ਸਭਾ ਦੇ ਹਰ ਚਹੁੰਮੁਖੀ ਤੋਂ ਲੋਕ ਆਏ ਨੇ, ਉਹਨਾਂ ਨੇ ਇਹ ਤੈਅ ਕੀਤਾ ਕਿ ਅਸੀਂ ਪੋਲੀਟੀਕਲ ਪਾਰਟੀਜ਼ ਦੇ ਜਿਹੜੇ ਨਿਰਣੇ ਹੁੰਦੇ ਨੇ ਜਨਤਾ ਦੇ ਖਿਲਾਫ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ। ਇੱਕ ਕੋਰ ਕਮੇਟੀ ਤਿਆਰ ਕੀਤੀ ਗਈ ਹੈ,
ਜੋ ਤੈਅ ਕਰੇਗੀ ਜਨਤਾ ਦੇ ਸਮਰਥਨ ਦੇ ਕਾਰਨ ਕਿ ਅਗਲਾ ਵਿਧਾਨ ਸਭਾ ਦਾ ਉਮੀਦਵਾਰ ਕੌਣ ਹੋਏਗਾ।